ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਬਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਆ ਕਣਕ ਦੀਆਂ ਕਿਸਮਾਂ ਬਾਰੇ ਕਿਉਂਕਿ ਕਿਸਾਨ ਵੀਰਾਂ ਦੇ ਸਵਾਲ ਜਿਹੜੇ ਆਉਣ ਲੱਗ ਪਏ ਤੇ ਆਉਣ ਇਸ ਭਾਵ ਕੋ ਵੀ ਆ ਕਿਉਂਕਿ ਜਿਹੜਾ ਸਤੰਬਰ ਦਾ ਮਹੀਨਾ ਅੱਧਾ ਲੰਘ ਗਿਆ ਤੇ ਅਕਤੂਬਰ ਦੇ ਆਖਰੀ ਹਫਤੇ ਤੋਂ ਜਿਹੜੀ ਕਣਕ ਦੀ ਬਿਜਾਈ ਉਹ ਸ਼ੁਰੂ ਹੋ ਜਾਂਦੀ ਹੈ ਤੇ ਬੀਜ ਦਾ ਪ੍ਰਬੰਧ ਦਾ ਜਿਹੜਾ ਹੁਣ ਕਿਸਾਨ ਵੀਰ ਜਿਹੜੇ ਕਰਦੇ ਆ ਸਮੇਂ ਸਿਰ ਤਾਂ ਬਾਅਦ ਚ ਮੌਕੇ ਤੇ ਆਪਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਬੀਜ ਦੀ ਨਹੀਂ ਆਉਂਦੀ ਤੇ ਬੀਜ ਦਾ ਪ੍ਰਬੰਧ ਜਾਂ ਬੀਜ ਦਾ ਸੋਰਸ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਆਪਾਂ ਨੂੰ ਬੀਜ ਕਿੱਥੋਂ ਆਪਾਂ ਲੈਣਾ ਜਾਂ ਆਪਣੇ ਕੋਲ ਹੈਗਾ ਤੇ ਪਿਛਲੇ ਸਾਲਾਂ ਦੀਆਂ ਪਰਖੀਆਂ ਹੋਈਆਂ ਕਿਉਂਕਿ ਨਵੀਆਂ ਕਿਸਮਾਂ ਦੇ ਮਗਰ ਜ਼ਿਆਦਾ ਕਿਸਾਨ ਵੀਰ ਨਾ ਭੱਜਣ ਜਿਹੜੀ ਆਪਾਂ ਨੂੰ ਪੀਏਯੂ ਲੁਧਿਆਣਾ ਤੋਂ ਜਾਂ ਆਈਆਈਡਬਲਯੂਬੀਆਰ ਕਰਨਾਲ ਤੋਂ ਨਵੀਆਂ ਕਿਸਮਾਂ ਦਾ ਜਿੰਨਾ ਕਿ ਬੀਜ ਮਿਲਦਾ ਉਹ ਕਿਸਾਨ ਵੀਰ ਬੀਜਣ ਤੇ ਜਿਨ੍ਹਾਂ ਨੂੰ ਨਹੀਂ ਮਿਲਦਾ ਉਹ ਕਿਸਾਨ ਵੀਰ ਅਗਲੇ ਸਾਲ ਨਵੀਆਂ ਕਿਸਮਾਂ ਦਾ ਬੀਜ ਜਿੰਨਾ ਕੁ ਮਿਲਦਾ ਉਹ ला ਸਕਦੇ ਜਾਂ ਆਪਣੇ ਦੋਸਤਾਂ ਮਿੱਤਰਾਂ ਤੋਂ ਲੈ ਕੇ ਵੀ ला ਸਕਦੇ ਆ ਜਾਂ ਤੁਹਾਡਾ ਜੇ ਕੋਈ ਸੋਰਸ ਹੈਗਾ ਤਾਂ ਤੁਸੀਂ ਆਪਣਾ ਜਿਹੜਾ ਨਵਾਂ ਕਿਸਮ ਦਾ ਬੀਜ ਉਹ ਲੈ ਕੇ ला ਸਕਦੇ ਹੋ ਇਸੇ ਕਰਕੇ ਮੈਂ ਜ਼ਰੂਰੀ ਸਾਂਭੀਦਾ ਕਿ ਜਿਹੜੀਆਂ ਪਿਛਲੇ ਸਾਲਾਂ ਦੇ ਵਿੱਚ ਦੇਖੀਆਂ ਪਰਖੀਆਂ ਕਿਸਮਾਂ ਨੇ ਕਿਉਂਕਿ ਦੇਖੋ ਆਪਣੇ ਕੋਲੇ ਘਟੋ ਘਟ ਟਾਪ 10 ਵੈਰੈਟੀ ਹੈ ਜਿਹੜੀਆਂ ਟਾਪ ਦੀਆਂ 10 ਵੈਰੈਟੀਆਂ ਪਿਛਲੇ ਸਾਲਾਂ ਚ ਰਹੀਆਂ ਨੇ ਕਿਉਂਕਿ ਕਿ ਉਹ ਕਹਿੰਦੇ ਹੁੰਦੇ ਹਨ ਨਾ ਕਿਸੇ ਨੂੰ ਮਾਵਾਦੀ ਤੇ ਕਿਸੇ ਨੂੰ ਸਵਾਦੀ ਕਿਸੇ ਨੂੰ ਕੋਈ ਵੈਰਾਈਟੀ ਫਿੱਟ ਬੈਂਦੀ ਹੈ ਕਿਸਾਨ ਵੀਰ ਨੂੰ ਆਉਦੀ ਜ਼ਮੀਨ ਦੇ ਏਰੀਏ ਦੇ ਹਿਸਾਬ ਨਾਲ ਕਿਸੇ ਨੂੰ ਫਿੱਟ ਨਹੀਂ ਪੈਂਦੀ ਪਰ ਮੈਂ ਗੱਲ ਕਰੂੰਗਾ ਟੌਪ 10 ਜਿਹਦੇ ਵਿੱਚ PPW ਤੇ ਜਿਹੜੀਆਂ DBW ਵੈਰਾਈਟੀਆਂ ਨੇ ਇਸ ਤੋਂ ਇਲਾਵਾ ਵੈਰਾਈਟੀਆਂ ਸਾਰੀਆਂ ਹੀ ਚੰਗੀਆਂ ਨੇ ਜਿੰਨੀਆਂ ਬਰੀਡ ਕੀਤੀਆਂ ਜਾਂਦੀਆਂ ਕਿਉਂਕਿ ਕਈ ਵਾਰ ਕਿਸਾਨ ਵੀ ਥੱਲੇ ਕਮੈਂਟ ਕਰਦੇ ਕਿ ਆ ਫਲਾਨੀ ਵੈਰਾਈਟੀ ਦਾ ਤੁਸੀਂ ਨਾਮ ਨਹੀਂ ਲਿਆ ਵੈਰਾਈਟੀਆਂ ਸਾਰੀਆਂ ਚੰਗੀਆਂ ਪਰ ਟੌਪ 10 ਜਿਹੜੀਆਂ ਜ਼ਿਆਦਾ ਪਪੂਲਰ ਹੋਈਆਂ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਸੋਰਸਾ ਜਿਹੜਾ ਬੀਜ ਦਾ ਜਿਹੜੇ ਤੁਸੀਂ ਪਿਛਲੇ ਸਾਲਾਂ ਦੇ ਵਿੱਚ ਬੀਜੀਆਂ ਨੇ ਘਰ ਦਾ ਬੀਜ ਹਰੇਕ ਕਿਸਾਨ ਵੀਰ ਕੋਲੇ ਆਪਣਾ ਕਣਕ ਦਾ ਝੋਨੇ ਦਾ ਇਹ ਜ਼ਰੂਰ ਹੋਣਾ ਚਾਹੀਦਾ ਜਿਹੜੀ ਥੋੜੀ ਚੰਗੀ ਕਿਸਮ ਨੰਗੀ ਜਿਹੜੀ ਤੁਹਾਨੂੰ ਲੱਗਦਾ ਹੁੰਦਾ ਖੜੀ ਕਿਸਮ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇਹਦਾ ਝਾੜ ਵਧੀਆ ਰਹੂਗਾ ਉਹਦਾ ਆਪਾਂ ਬੀਜ ਬਣਾ ਕੇ ਜ਼ਰੂਰ ਆਪਾਂ ਨੂੰ ਰੱਖਣਾ ਚਾਹੀਦਾ ਤਿੰਨ ਚਾਰ ਸਾਲ ਆਪਾਂ ਬੀਜ ਵਧੀਆ ਵਧਾ ਸਕਦੇ ਹਾਂ ਉਦੋਂ ਬਾਅਦ ਫਿਰ ਆਪਾਂ ਪੀਏਯੂ ਤੋਂ ਜਾਂ ਆਈਸੀਆਰ ਤੋਂ ਇਹ ਕਿਸਮਾਂ ਦਾ ਬੀਜ ਲੈ ਸਕਦੇ ਹਾਂ ਫਿਰ ਉਦੋਂ ਬਾਅਦ ਫਿਰ ਆਪਾਂ ਸੀਡ ਪ੍ਰੋਡਿਊਸਰ ਜਾਂ ਜਿਹੜੇ ਲੀਲਰ ਆ ਉੱਥੋਂ ਜਿਹੜਾ ਬੀਜ ਆਪਾਂ ਲੈ ਸਕਦੇ ਹਾਂ ਜੇ ਆਪਾਂ ਗੱਲ ਕਰੀਏ ਪਿਛਲੇ ਸਾਲਾਂ ਦੀਆਂ ਪਰਕੀਆਂ ਕਿਸਮਾਂ ਦੇ ਵਿੱਚ ਜਿਵੇਂ ਡੀ ਵੀ ਡਬਲਿਊ ਕਿਸਮਾਂ ਦੇ ਵਿੱਚ ਜਿਵੇਂ ਗੱਲ ਕਰਾਂ 187 ਤੋਂ ਲੈ ਕੇ ਕਿਉਂਕਿ 187 ਹੈ ਜਿਹੜੀ ਉਹਦੇ ਵੀ ਬੜੇ ਵਧੀਆ ਕੈਰੈਕਟਰਸ ਤੇ ਥੋੜਾ ਜਿਹਾ ਕਈ ਵਾਰ ਡਿੱਗਣ ਦੀ ਇਹ ਚ ਸਮੱਸਿਆ ਆ ਜਾਂਦੀ ਸੀ ਵੈਸੇ ਇਹ ਉਚਤਾਮਣ ਦੇ ਵਿੱਚ ਵੀ ਵਧੀਆ ਇਹ ਝਾੜ ਦਿੰਦੀ ਰਹੀ ਹੈ ਡੀ ਵੀ ਡਬਲਿਊ 222 ਡੀ ਵੀ ਡਬਲਿਊ 303 ਜਿਵੇਂ ਡੀ ਵੀ ਡਬਲਿਊ 222 ਤੇ 187 ਨੂੰ ਜੇ ਆਪਾਂ ਮਿਕਸ ਕਰਕੇ ਬੀਜ ਦੇ ਬਹੁਤ ਵਧੀਆ ਝਾੜ ਰਹੀਦਾ 3086 ਨੂੰ ਆਪਾਂ ਮਿਕਸ ਕਰ ਲੈਨੇ ਆ ਅ ਤਾਂ ਉਹਦਾ ਵੀ ਬੜਾ ਵਧੀਆ ਝਾੜ ਰਹੀਦਾ ਮਿਕਸਿੰਗ ਬਾਰੇ ਤੇ ਇਹ ਤੋਂ ਬਿਲਾਵਾ ਡੀਬੀਡਬਲਯੂ 327 ਕਿਸਮ ਸੀਗੀ ਉਹਨੇ ਵੀ ਬੜਾ ਵਧੀਆ ਪਰਫਾਰਮ ਕੀਤਾ ਹੁਣ ਤਾਂ ਡੀਬੀਡਬਲਯੂ 300 ਜਿਹੜੀ ਉਹ ਤੋਂ ਬਾਅਦ 327 ਤੋਂ ਬਾਅਦ 332 ਸੀ ਫਿਰ 370 71 72 ਆ ਗਈਆਂ ਪਰ ਇਹ ਜਿਹੜੀਆਂ ਨਵੀਆਂ ਕਿਸਮਾਂ ਆ ਜਾਂਦੀਆਂ ਪਿਛਲੇ ਸਾਲਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਡੀਬੀਡਬਲਯੂ 187 ਤੋਂ 222 303 387 ਆਹ ਸੌਰੀ 327 ਤੇ ਜਿਹੜੀਆਂ ਪੀਬੀਡਬਲਯੂ ਕਿਸਮਾਂ ਨੇ ਜਿਵੇਂ 826 ਟੌਪ ਤੇ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਐਡੈਪਟਿਵ ਟ੍ਰਾਇਲ ਹੋਏ ਤੇ ਪਿਛਲੇ ਸਾਲ ਤੱਕ ਸਾਣ ਵੀਰਾਂ ਨੇ ਆਪ ਹੀ ਜਿਹੜੀ ਵਿੱਚ ਕੇ ਉਹ ਦੇਖ ਲਈ ਹੈ DBW PVW D869 ਹੈ ਸੁਪਰ ਸੀਡਰ ਹੈਪੀ ਸੀਡਰ ਨਾ ਬੀਜਣ ਵਾਸਤੇ ਮੋਟਾ ਇਹਦਾ ਦਾਣਾ ਹੁੰਦਾ ਇਹਦਾ 45 ਕਿਲੋ ਵੀ ਪੈਂਦਾ ਇਹ ਵੀ ਬਹੁਤ ਵਧੀਆ ਸ਼ੁਰੂ ਦੇ ਵਿੱਚ ਜਿਹੜੀ ਬੜੀ ਵਧੀਆ ਗਰੋਥ ਹੁੰਦੀ ਹੈ ਤੇ ਸੁਪਰ ਸੀਡਰ ਹੈਪੀ ਸੀਡਰ ਦੇ ਵਿੱਚ ਬਜਾਈ ਵਾਸਤੇ ਆਪਾਂ ਨੂੰ ਜਲਦੀ ਹਰਾ ਭਰਾ ਖੇਤ ਦਿਖਣ ਲੱਗ ਪੈਂਦਾ ਇਸ ਤੋਂ ਇਲਾਵਾ ਜਿਹੜੀ ਪੀਬੀਡਬਲਿਊ 768 ਅਸਨੈਰੀ ਕਸਮ ਬੜੀ ਟੌਪ ਦੀ ਵੈਰੈਟੀ ਰਹੀ ਹੈ ਬਹੁਤ ਵਧੀਆ ਝਾੜ ਉੱਚ ਤਾਪਮਾਨ ਨੂੰ ਸਹਿਣ ਸ਼ਕਤੀ ਇਹਦੇ ਵਿੱਚ ਹੈਗੀ ਹੈ ਤੇ ਲਗਭਗ 155 ਦਿਨਾਂ ਚ ਪੱਕ ਕੇ ਤਿਆਰ ਹੋ ਜਾਂਦੀ ਹੈ ਕੱਦ ਵੀ ਇਹਦਾ 106 ਸੈਂਟੀਮੀਟਰ ਆ ਸਾਫ ਮਤਲਬ ਡਿੱਗ ਡਿੱਗਦੀ ਨਹੀਂ ਹੈਗੀ ਉੱਚ ਤਾਪਮਨ ਨੂੰ ਵੀ ਸਹਿ ਸਕਦੀ ਹੈ ਫਿਰ ਆ ਗਈ ਗੱਲ ਜੇ ਆਪਾਂ ਗੱਲ ਕਰੀਏ ਪਪੂਲਰ ਦੇ ਹਠਾਂ ਜਿਹੜੀ ਪੀਬੀਡਬਲ 725 ਜਾਂ 677 ਇਹ ਬਹੁਤ ਵਧੀਆ ਪਰਫਾਰਮ ਕਰਦੀਆਂ ਨੇ ਤੇ 725 ਦਾ ਵੀ ਬਹੁਤ ਵਧੀਆ ਪਿਛਲੇ ਸਾਲਾਂ ਦੇ ਵਿੱਚ ਝਾੜ ਰਿਹਾ ਐਚਡੀ 3086 ਤੇ 2967 ਜਾਂ 1105 ਹੈ ਇਹ ਤਾਂ ਪਿਛਲੇ ਸਾਲਾਂ ਦੀਆਂ ਦੇਖੀਆਂ ਪਰ ਕਿਆਂ ਤੇ ਇਹਨਾਂ ਦੀ ਮਿਕਸਿੰਗ ਕਰਕੇ ਵੀ ਜੇ ਆਪਾਂ ਬੀਜਦੇ ਤਾਂ ਬਹੁਤ ਵਧੀਆ ਕਿਸਾਨ ਵੀਰਾਂ ਨੇ ਜਿਹੜਾ 60 ਮਣ ਪਲੱਸ ਤੱਕ ਇਹਦਾ ਝਾੜ ਇਹਨਾਂ ਕਿਸਮਾਂ ਦਾ ਲਿਆ ਹੋਇਆ ਹੈਗਾ ਤੇ ਇਹ ਤੋਂ ਇਲਾਵਾ ਜਿਹੜੀਆਂ ਹੋਰ ਕਿਸਮਾਂ ਨੇ ਲੇਟ ਜੇ ਆਪਾਂ ਗੱਲ ਕਰੀਏ ਨਰਮੇ ਵਾਲੇ ਬਾਣ ਦੇ ਵਿੱਚ ਕਿਸਾਨ ਵੀਰ ਜਿਹੜੇ ਲੇਟ ਬਜਾਈ ਕਰਦੇ ਉਹਦੇ ਵਾਸਤੇ ਉਨਤ ਪੀਬੀਡਬਲ 550 ਤੇ ਐਚਡੀ 2851 ਬਹੁਤ ਵਧੀਆ ਇਹਨਾਂ ਨੇ ਪਰਫਾਰਮ ਕੀਤਾ ਹੈਗਾ ਐਚਡੀ 2851 'ਚ ਥੋੜਾ ਜਿਹਾ ਆਪਾਂ ਨੂੰ ਯੈਲੋ ਰਸਟ ਵਗੈਰਾ ਦਾ ਖਿਆਲ ਰੱਖਣਾ ਪੈਂਦਾ ਤੇ ਬੀਜ ਵੱਧ ਪਾਉਣਾ ਪੈਂਦਾ ਉਨਤ ਪੀਬੀਡਬਲ 550 ਜਿਹੜੀ ਉਹਦਾ ਕੱਦ ਥੋੜਾ ਜਿਹਾ ਘੱਟ ਹੁੰਦਾ ਤੂੜੀ ਵਾਲੇ ਪਾਸਿਓਂ ਆਪਾਂ ਕਹਿ ਸਕਦੇ ਹਾਂ ਪਰ ਵੈਸੇ ਇਹਦਾ ਝਾੜ ਆ ਜਿਹੜਾ ਉਹ ਬਹੁਤ ਵਧੀਆ ਪਰਫਾਰਮੈਂਸ ਇਹਦੀ ਰਹੀ ਹੈ ਪਿਛਲੇ ਸਾਲਾਂ ਦੇ ਵਿੱਚ ਇਸ ਤੋਂ ਇਲਾਵਾ ਹੋਰ ਪ੍ਰਚਲਿਤ ਕਿਸਮਾਂ ਜਿਦੇ ਵਿੱਚ ਆਪਾਂ ਗੱਲ ਕਰੀਏ ਖਾਣ ਵਾਸਤੇ ਜਿਹੜੀਆਂ ਪੀਵੀਡਬਲਿਊ ਇੱਕ ਚਪਾਤੀ ਹੈ ਹੁਣ ਪੀਵੀਡਬਲਿਊ ਚਪਾਤੀ ਨੰਬਰ 2 ਇਹ ਵੀ ਆ ਗਈ ਹੈ ਜਿੰਕ ਸੌਰੀ ਜਿਹੜੀ ਜਿੰਕ 2 ਆ ਪੀਵੀਡਬਲਿਊ ਜਿੰਕ 1 ਸੀ ਫਿਰ ਪੀਵੀਡਬਲਿਊ ਜਿੰਕ 2 ਇਹ ਵੈਰੈਟੀਆਂ ਜਿਹੜੀਆਂ ਹੈਗੀਆਂ ਇਹ ਵੀ ਰਿਲੀਜ਼ ਕੀਤੀ ਗਈ ਹੈ ਪੀਵੀਡਬਲਿਊ ਜਿਹੜੀ ਜਿੰਕ 2 ਵੈਰੈਟੀ ਹੈ ਤੇ ਲੇਟ ਕਿਸਮਾਂ ਦੇ ਵਿੱਚ ਜਿਹੜੀਆਂ ਹੈਗੀਆਂ 773 757 752 ਸੋ ਕਹਿਣ ਦਾ ਮਤਲਬ ਇਹ ਆ ਕਿ ਆਪਾਂ ਜਿੰਨਾ ਤੁਹਾਡਾ ਮੰਨ ਲਓ 10 ਏਕੜ ਆ ਤਾਂ ਇੱਕ ਵੈਰੈਟੀ ਹੀਟ ਨਹੀਂ ਲੈ ਕੇ ਆਉਣਾ ਘੱਟੋ ਘੱਟ ਦੋ ਤੋਂ ਤਿੰਨ ਕਿਸਮਾਂ ਦੀ ਤੁਸੀਂ ਸਿਲੈਕਸ਼ਨ ਕਰੋ ਆਪਦੇ ਏਰੀਆ ਦੇ ਹਿਸਾਬ ਨਾਲ ਜਿਹੜਾ ਤੁਹਾਡਾ ਪਿਛਲੇ ਸਾਲਾਂ ਝਾੜ ਰਿਹਾ ਜਾਂ ਤੁਸੀਂ ਖੁਦ ਜਿਹੜੀ ਕਿਸਮ ਬੀਜੀ ਸੀ ਸਾਉਟੋਪੈਨ ਉਦੀ ਸਿਲੈਕਸ਼ਨ ਕਰੋ ਫਿਰ ਬੀਜ ਤੁਹਾਡੇ ਕੋਲੇ ਕਰਦਾ ਜਾਂ ਇੱਕ ਦੂਜੇ ਤੁਸੀਂ ਯਾਰਾਂ ਦੋਸਤਾਂ ਦੇ ਨਾਲ ਬੀਜ ਜਿਹੜਾ ਵਟਾ ਲਓ ਕਿਉਂਕਿ ਆਪਾਂ ਨੂੰ ਆਪਦੇ ਬੀਜ ਦਾ ਜਿਹੜਾ ਭਰੋਸਾ ਹੁੰਦਾ ਚੰਗਾ ਆਪਾਂ ਨੂੰ ਜਿਹੜਾ ਵਿਸ਼ਵਾਸਯੋਗ ਬੀਜ ਹੁੰਦਾ ਫਿਰ ਆਪਾਂ ਜਰਮੀਨੇਸ਼ਨ ਉਹਦੀ ਚੈੱਕ ਵਗੈਰਾ ਕਰਕੇ ਰੱਖ ਲੈਣੀ ਹੈ ਕਿ ਕਿੰਨੇ ਪਰਸੈਂਟ ਜਰਮੀਨੇਟ ਜਰਮੀਨੇਟ ਹੁੰਦਾ ਉਹਦੇ ਹਿਸਾਬ ਨਾਲ ਆਪਾਂ ਜਿਹੜਾ ਹੈਗਾ ਬੀਜ ਦੀ ਮਾਤਰਾ ਸਿਲੈਕਟ ਕਰ ਲੈਣੀ ਹੈਗੀ ਆ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੀਆਂ ਤੁਹਾਨੂੰ ਮੈਂ ਟੌਪ 10 ਕਿਸਮਾਂ ਦੱਸੀਆਂ ਨੇ ਇਸ ਤੋਂ ਇਲਾਵਾ ਦੂਸਰੀਆਂ ਕਿਸਮਾਂ ਬਾਰੇ ਵੀ ਆਪਾਂ ਗੱਲ ਕਰਿਆ ਕਿ DBW ਜਿਹੜੀਆਂ 4 ਕਿਸਮਾਂ 327 187 222 303 ਤੇ PBW ਬਹੁਤ ਵਧੀਆ ਕਿਸਮਾਂ ਨੇ ਇਹਨਾਂ ਚੋਂ ਸਿਲੇਕਟ ਕਰੋ ਤੇ ਬੀਜੋ ਬਹੁਤ ਬਹੁਤ ਨਵੀਆਂ ਵੈਰੈਟੀਆਂ ਇਹ ਇੱਥੇ ਜਿਹੜਾ ਰਕਬਾ ਜਿੰਨਾ ਕੁ ਬੀਜ ਅਵੇਲੇਬਲ ਹੁੰਦਾ ਉਹਨਾਂ ਕੁ ਲੈ ਆਓ ਜ਼ਿਆਦਾ ਰਕਬਾ ਨਾ ਲਿਓ ਪ੍ਰਾਣੀਆਂ ਦੇਖੀਏ ਕਿਸਮਾਂ ਬੀਜੋ ਤੇ ਨਵੀਆਂ ਦਾ ਟ੍ਰਾਇਲ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ ਰਹੋ